ਵੀ ਦੋਸਤੋ ਅੱਜ ਤੁਹਾਨੂੰ ਕਰਾਉਣੇ ਦਰਸ਼ਨ ਬਰਜ ਖਲੀਫਾ ਦੇ ਬਰਜ ਖਲੀਫਾ ਦੁਨੀਆ ਦਾ ਸਭ ਤੋਂ ਉੱਚੀ ਬਿਲਡਿੰਗ ਤੇ ਸ਼ਾਨਦਾਰ ਤੇ ਲਾਈਟਿੰਗ ਕੀਤੀ ਹੁੰਦੀ ਹੈ ਸ਼ਾਮ ਦੇ ਟਾਈਮ ਸਾਰੀ ਇਹਦੀ ਡਿਟੇਲ ਦੇਵਾਂਗੇ ਕਿੰਨੇ ਵਜੇ ਜਾਣਾ ਚਾਹੀਦਾ ਕੀ ਗੱਲਬਾਤ ਹੈ ਤੇ ਹੁਣ ਆਪਾਂ ਪਹੁੰਚੇ ਬਰਜ ਖਲੀਫਾ ਤੇ ਤੇ ਤੁਹਾਨੂੰ ਪਹਿਲਾਂ ਬਾਹਰ ਦਾ ਸ਼ਾਟ ਦਿਖਾ ਦਈਏ ਇੱਥੇ ਬਾਹਰ ਦਾ ਪੂਰਾ ਤਗੜਾ ਫਾਊਂਟੇਨ ਦੇ ਜਿਹੜੇ ਨਜ਼ਾਰੇ ਤੁਸੀਂ ਲੈ ਸਕਦੇ ਹੋ ਤੇ ਇਹ ਬਿਲਡਿੰਗਾਂ ਸਾਰੀਆਂ ਇੱਧਰ ਬੁਰਜ ਖਲੀਫਾ ਇਹਦੇ ਲਾਈਟਿੰਗ ਹੁੰਦੀ ਜਿਵੇਂ ਕਹਿੰਦੇ ਨਾ 14 ਲੱਖ ਚ ਪਤਾ ਨਹੀਂ 5 ਮਿੰਟ ਵਾਸਤੇ ਉਹ ਇਹ ਤੇ ਸਾਰਾ ਚੱਲਦਾ ਹੈ ਆਲੇ ਦੁਆਲੇ ਇੰਨੇ ਸੋਹਣੀਆਂ ਬਿਲਡਿੰਗਾਂ ਨੇ ਇਮਾਰਦੀ ਬਿਲਡਿੰਗ ਹੈ ਤੇ ਇੱਧਰ ਦਵਾਈ ਦਾ ਜਿਹੜਾ ਦਵਾਈ ਮਾਲ ਹੈ ਉਹ ਨਾਲ ਹੀ ਇਹਦੇ ਦਵਾਈ ਮਾਲ ਆ ਗਿਆ ਜੀ ਕਾਫੀ ਇੱਥੇ ਹੋਰ ਹੋਟਲ ਵਗੈਰਾ ਨੇ ਪਰ ਇਹਦਾ ਆਲਾ ਦੁਆਲਾ ਇੰਨਾ ਕਿ ਸੋਨਾ ਕਿਰਿਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਲਓ ਜੀ ਹੁਣ ਆਪਾਂ ਹੋ ਗਏ ਅੰਦਰ ਐਂਟਰ ਬੁਰਜ ਖਲੀਫਾ ਦੇ ਬਿਲਕੁਲ ਗਰਾਉਂਡ ਲੈਵਲ ਤੇ ਤੇ ਅੰਦਰ ਚੱਲਦੇ ਆ ਤੁਹਾਨੂੰ ਦਿਖਾਉਣੇ ਆ ਬਹੁਤ ਸੋਹਣਾ ਜਿਹੜਾ ਇਹ ਬਣਿਆ ਹੋਇਆ ਹੈਗਾ ਤੇ ਇਹਦੀ ਟਿਕਟ ਅਲੱਗ-ਅਲੱਗ ਆ ਤੁਸੀਂ ਆਨਲਾਈਨ ਬੁੱਕ ਕਰ ਸਕਦੇ ਹੋ ਆ ਜਿਵੇਂ ਆਪਾਂ ਖਰੀਦੀ ਹੋਈ ਆ ਤਾਂ ਨਾਰਮਲ 3000 ਤੋਂ ਕੋਈ 1300 ਵੀ ਦੇਈ ਜਾਂਦਾ ਅਲੱਗ-ਅਲੱਗ ਰੇਟ ਨੇ ਇਹ 'ਚ ਮੈਂ ਕਿਸੇ ਨੂੰ ਕੋਈ ਪ੍ਰੇਫਰ ਨਹੀਂ ਕਰਦਾ ਕਿਉਂਕਿ ਤੁਸੀਂ ਟਾਈਮ ਕਿਹੜਾ ਲੈ ਰਹੇ ਹੋ ਉਸ ਹਿਸਾਬ ਨਾਲ ਟਿਕਟ ਤੁਹਾਨੂੰ ਮਿਲੂਗੀ ਤੇ ਆਜੋ ਆਪਾਂ ਹੋ ਗਏ ਜੀ ਅੰਦਰ ਐਂਟਰਾ ਲਿਫਟ ਦੇਖੋ ਸਿਰਫ 1 ਮਿੰਟ ਦੇ ਵਿੱਚ 124 25 ਫਲੋਰ ਤੇ ਭੱਗ ਜਾਂਦੀ ਜੀ ਲਿਫਟ ਇੰਨੀ ਸਪੀਡ ਨਾਲ ਚੱਲਦੀ ਆ ਤੁਸੀਂ ਦੇਖੋ ਜੀ ਦੇਖੋ ਕਿੰਨੇ ਸੈਕਿੰਡ ਲੱਗੇ ਨੇ ਜਾਂਦੀ ਆ ਨਾ ਇਸ ਸਪੀਡ ਤੇ 18 ਸੈਕਿੰਡ 34 35 ਵੀ ਮੰਜ਼ਲ ਤੇ ਪਹੁੰਚ ਚੁੱਕੀ ਆ ਇੱਥੇ ਲਿਫਟਾਂ ਲੱਗੀਆਂ ਜੀ ਤੇ 20 25 ਬੰਦੇ ਇੱਥੋਂ ਚੜਦੇ ਆ 20 25 ਉਤਰਦੇ ਆ ਤੇ ਜੋ ਤੁਸੀਂ ਬੁੱਕ ਕਰਨਾ ਹੈ ਘੱਟੋ ਘੱਟ 10 ਦਿਨ ਪਹਿਲਾਂ ਇੱਥੋਂ ਆਨਲਾਈਨ ਬੁੱਕ ਕਰ ਦਿਓ ਜੇ ਤੁਸੀਂ ਉੱਥੇ ਮੌਕੇ ਤੇ ਕਰੋਗੇ ਤੁਹਾਨੂੰ ਉਹ ਥੋੜਾ ਜਿਹਾ ਮਹਿੰਗਾ ਪੈ ਜਾਣਾਗਾ ਆ ਦੇਖੋ ਜੀ 38 ਸੈਕਿੰਡ ਚ 82 84 ਇੰਨੀ ਸਪੀਡ ਤਾਂ ਮਤਲਬ ਥੱਲੇ ਧਰਤੀ ਤੇ ਗੱਡੀਆਂ ਦੀ ਨਹੀਂ ਹੁੰਦੀ ਜਿੰਨੀ ਇੱਥੇ ਇਹਦੀ ਕਰੀ ਫਿਰਦੇ ਨੇ ਪਤੰਦਰ ਲਿਫਟ ਦੀ ਬਹੁਤ ਸੋਹਣਾ ਬਣਿਆ ਹੋਇਆ ਤੇ ਇੱਕ ਜਿਹੜੀ ਮੇਨ ਗੱਲ ਹੈ ਤੁਸੀਂ ਆਨਲਾਈਨ ਬੁੱਕ ਕਰੋ ਤੇ ਕੋਈ ਵੀ ਚੀਜ਼ ਲੈ ਕੇ ਜਾਣੀ ਆ ਸ਼ਾਮ ਵਾਲੇ ਟਾਈਮ ਤਾਂ ਪ੍ਰੈਪਰ ਕਰਦਾ ਜਿਹੜੀ ਲਾਈਟਿੰਗ ਹੁੰਦੀ ਹੈ 6 ਤੋਂ 6:30 ਹੁੰਦੀ ਹੈ ਜੀ ਇੱਥੇ ਪਰ ਉੱਪਰ ਜਾ ਕੇ ਪ੍ਰੋਬਲਮ ਹੁੰਦੀ ਹੈ ਜੇ ਹੁਣ ਆਪਾਂ ਉੱਪਰ ਚਲੇਗੇ ਨਾ ਉੱਪਰੋਂ ਤੁਹਾਨੂੰ ਥੱਲੇ ਉਵੇਂ ਨਹੀਂ ਦਿਸਣਾ ਗਰਾਊਂਡ ਵਾਲਾ ਏਰੀਆ ਜਿਵੇਂ ਕਿ ਤੁਹਾਨੂੰ ਦਿਨੇ ਨਜ਼ਾਰਾ ਆਉਣਾਗਾ ਪਰ ਰਾਤ ਨੂੰ ਲਾਈਟਿੰਗ ਚ ਜਿਵੇਂ ਜਹਾਜ਼ ਚੁੰਨੇ ਆਪਾਂ ਇਸ ਤਰੀਕੇ ਨਾਲ ਆਪੂੰ ਨਜ਼ਰ ਆਉਣਾਗਾ ਤੁਸੀਂ ਆ ਦੇਖ ਸਕਦੇ ਹੋ ਤੇ ਇੱਥੇ ਆ ਲੱਗੇ ਹੋਏ ਨੇ ਵੀ ਕਿਹੜੀ ਵੀ ਚੀਜ਼ ਤੁਸੀਂ ਦੇਖਣੀ ਆਪਦਾ ਹੋਟਲ ਦੇਖਣਾ ਪਰ ਰਹਿ ਕਿੱਥੇ ਰਹੇ ਸੀ ਉਹਨੂੰ ਤੁਸੀਂ ਸਿਲੈਕਟ ਕਰਕੇ ਵੀ ਦੇਖ ਸਕਦੇ ਹੋ ਇੱਥੇ ਸਕਰੀਨ ਵਗੈਰਾ ਲੱਗੀਆਂ ਨੇ ਪਰ ਆਪਾਂ ਹੁਣ ਤੁਹਾਨੂੰ ਸ਼ੀਸ਼ੇ ਰਾਹੀਂ ਦਿਖਾਵਾਂਗੇ ਗਲਾਸ ਵਿੱਚ ਦੀ ਤੇ ਵੀਡੀਓ ਆਪਾਂ ਕਰੀ ਹੈ GoPro ਦੇ ਵਿੱਚ ਸ਼ਾਟ ਸ਼ੂਟ ਕੀਤੀ ਹੈਗੀ ਤੇ ਆ ਦੇਖੋ ਜੀ ਕਿਵੇਂ ਦੀਆਂ ਛੋਟੀਆਂ-ਛੋਟੀਆਂ ਬਿਲਡਿੰਗਾਂ ਜਿਹੜੀਆਂ ਆਪਾਂ ਬਿਲਕੁਲ ਨਾਲ ਬੈਠੇ ਸਾਰਾ ਦਬਈ ਇੱਥੋਂ ਦੀਦਾਗਾ ਸਾਰਾ ਦਬਈ ਇੱਥੇ 128 ਕ ਮੰਜ਼ਲ ਤੱਕ ਆਪਾਂ ਆਮ ਬੁੱਕ ਕਰ ਸਕਦੇ ਆ ਉਦੋਂ ਉੱਪਰ ਜਾਣਾ ਤਾਂ ਬਹੁਤ ਜ਼ਿਆਦਾ ਕਾਸਟਲੀ ਪੈ ਜਾਣਾਗਾ ਦੇਖੋ ਜੀ ਦਬਈ ਦਾ ਨਜ਼ਾਰਾ ਬਿਲਕੁਲ ਮਤਲਬ ਐਂ ਲੱਗਦਾ ਵੀ ਜਿਵੇਂ ਗੱਡੀਆਂ-ਗੁੱਡੀਆਂ ਤਾਂ ਜਮੇ ਹੀ ਨਹੀਂ ਦੀਨੀਆਂ ਜੋ ਸੜਕ ਤੇ ਜਾਂਦੀਆਂ ਨੇ ਜਮਾਂ ਇਕੱਲਿਆਂ ਲਾਈਟਾਂ ਹੀ ਨਜ਼ਰ ਆਉਂਦੀਆਂ ਨੇ ਤੇ ਬਹੁਤ ਉਚਾਈ ਤੇ ਆ ਤੇ 2009 ਚ ਕਹਿੰਦੇ ਇਹ ਤਿਆਰ ਹੋਇਆ ਸੀਗਾ ਪਰ ਦੇਖੋ ਦबई ਵਾਲੇ ਨੇ ਸਭ ਤੋਂ ਉੱਚੀ ਦੁਨੀਆ ਦੀ ਜਿਹੜੀ ਬਿਲਡਿੰਗ ਤਿਆਰ ਕੀਤੀ ਆ ਤੇ ਬਾਕੀ ਤਿਆਰ ਦਾ ਰਿਜ਼ਲਟ ਵੀ ਦੇਖੋ ਚੀਜ਼ ਦਾ ਪਤਾ ਨਹੀਂ ਕਿੰਨੇ ਕੁ ਲੋਕ ਇੱਥੇ ਆਉਂਦੇ ਆ ਹਰ ਸਾਲ ਕਿੰਨੀ ਦੁਨੀਆ ਜਿਹੜੀ ਟੂਰਿਸਟ ਇੱਥੇ ਆਉਂਦੀ ਆ ਤੇ ਜੇ ਉਹ ਵੀ ਦबई ਜਾਂਦਾ ਬੁਰਜ ਖਲੀਫਾ ਜ਼ਰੂਰ ਜਾ ਕੇ ਆਉਂਦਾਗਾ ਤੇ ਆ ਇੱਥੇ ਸਾਰਾ ਉੱਪਰ ਬਣਿਆ ਹੋਇਆਗਾ ਇੱਥੇ ਨਾ ਇੱਕ ਆਹ ਗਲਾਸ ਲੱਗਿਆਗਾ ਥੱਲੇ ਜਿਵੇਂ ਉਹ ਧਰਤੀ ਦੀ ਤਰ੍ਹਾਂ ਇਹਨਾਂ ਨੇ ਨਾ ਕੈਮਰੇ ਲੱਗੇ ਹੋਏ ਨੇ ਵੈਸੇ ਮੀਮਾ ਨੂੰ ਥੱਲੇ ਧਰਤੀ ਨਹੀਂ ਦਿਦੀ ਆਪੋ ਨੇ ਕੈਮਰੇ ਦੇ ਤਰ੍ਹਾਂ ਇਹਨਾਂ ਨੇ ਦਿਖਾਇਆ ਵੀ ਉਹ ਥੱਲੇ ਛੜਕ ਜਾਂਦੀ ਹੈਗੀ ਜਦੋਂ ਇਹ ਤੇ ਤੁਰਦੇ ਆਂ ਸ਼ੀਸ਼ਾ ਖੜਕਦਾ ਟੁੱਟਦਾ ਹੈ ਤਾਂ ਡਰ ਲੱਗਦਾ ਵੀ ਕਿਤੇ ਥੱਲੇ ਨਾ ਜਾਈਏ ਪਰ ਇਹ ਕੈਮਰੇ ਨਾਲ ਰਿਕਾਰਡਿੰਗ ਕਰਕੇ ਲਾਏ ਹੋਏ ਨੇ ਤੇ ਪਰ ਪ੍ਰਤੀਤ ਇੰਚ ਹੁੰਦਾ ਵੀ ਜਿਵੇਂ ਉਹ ਥੱਲੇ ਸਾਰੀ ਸਿਟੀ ਆ ਗਈ ਇਹ ਟਾਪ ਤੇ ਆਪਾਂ ਤੁਰੇ ਫਿਰਦੇ ਆਂ ਦੇਖੋ ਹੁਣ ਜਦੋਂ ਪੈਰ ਰੱਖਦੇ ਆਂ ਕੜਕ ਕੜਕ ਦੀ ਆਵਾਜ਼ ਆਉਂਦੀ ਆ ਲੱਗਦਾ ਵੀ ਸ਼ੀਸ਼ਾ ਟੁੱਟ ਗਿਆ ਕਿਤੇ ਪਰ ਬਹੁਤ ਸੋਹਣਾ ਬਣਾਇਆ ਹੋਇਆ ਤਾਂ ਜੋ ਵੀ ਮੇਰਾ ਮਿੱਤਰ ਦੁਬਈ ਜਾਂਦਾ ਹੈ ਤਾਂ ਇੱਕ ਵਾਰ ਜ਼ਰੂਰ ਘੁੰਮ ਕੇ ਆਇਓ ਬਹੁਤ ਵਧੀਆ ਚੀਜ਼ ਹੈ ਸੋਹਣੀ ਬਣੀ ਹੋਈ ਆ ਤੇ ਹੁਣ ਇਹ ਤੋਂ ਵੀ ਕਹਿੰਦੇ ਇਹ 164 ਮੰਜ਼ਲਾ ਹੈਗਾ ਟੋਟਲ ਪਰ ਜਿਹੜੀ ਨਵੀਂ ਬਿਲਡਿੰਗ ਬਣ ਰਹੀ ਹੈ ਕਹਿੰਦੇ 206 ਤੇ ਪਹੁੰਚਣ ਦੀ ਕੋਸ਼ਿਸ਼ ਹੈ ਇਹਨਾਂ ਦੀ ਇੱਕ ਨਵੀਂ ਹੋਰ ਤਿਆਰ ਕਰ ਰਹੇ ਨੇ ਇਹ ਬੁਰਜ ਖਲੀਫਾ ਤੋਂ ਵੀ ਉੱਪਰ ਦਾ ਪਰ ਉਹ ਅਜੇ ਸੀਕ੍ਰੀਟ ਰੱਖਿਆ ਇਹਨਾਂ ਨੇ ਵੀ ਦੁਨੀਆ ਤੇ ਹਾਈਐਸਟ ਮਤਲਬ ਉੱਚੀ ਥਾਂ ਤਾਂ ਇਹਨਾਂ ਦੀ ਹੋਊ ਇਹ ਕਹਿੰਦੇ ਨੇ ਦਵਾਈ ਵਾਲੇ ਆਹ ਦੇਖੋ ਜੀ ਇਹ ਤੁਸੀਂ ਆਨੰਦ ਲੈ ਸਕਦੇ ਹੋ ਤੇ ਆਜ ਹੁਣ ਆਪਾਂ ਚੱਲਦੇ ਹਾਂ ਥੱਲੇ ਉੱਪਰ ਤੋਂ ਇਹੀ ਨਜ਼ਾਰੇ ਆ ਆਹੜਾ ਡਿਜ਼ਾਈਨ ਜਿਹੜੇ ਜੀ ਇੰਜੀਨੀਅਰਾਂ ਨੇ ਆਰਕੀਟੈਕਟ ਨੇ ਬਣਾਏ ਸੀ ਪਹਿਲਾਂ ਵੀ ਕਿਸ ਤਰ੍ਹਾਂ ਦਾ ਬਣੂਗਾ ਉਹ ਡਿਜ਼ਾਈਨ ਨੇ ਆ ਇਹ オリジナル ਰੱਖਿਆ ਹੋਇਆ ਜੀ ਇਹਨਾਂ ਨੇ ਸ਼ੀਸ਼ਿਆਂ 'ਚ ਲਾ ਕੇ ਵੀ ਕੀ ਕੀ ਚੀਜ਼ਾਂ ਕਿਵੇਂ ਦੇਖਿਆ ਸੀ ਕੀ ਆਰਕੀਟੈਕਟ ਨੇ ਸਭ ਤੋਂ ਸੋਹਣੀ ਬਿਲਡਿੰਗ ਹੈ ਜੀ ਆਰਕੀਟੈਕਚਰ ਚ ਇੰਜੀਨੀਅਰ ਚ ਮਿਸਤਰੀਆਂ ਦਾ ਕਹੀਏ ਲੇਬਰ ਦਾ ਕਹੀਏ ਸਭ ਤੋਂ ਵੱਧ ਮਿਹਨਤ ਵਾਲੀ ਚੀਜ਼ ਆ ਆਈ ਕਾਉਂਟ ਲਿਖਿਆ ਬਿਲਡਿੰਗ ਦਾ ਤੇ ਇਹ ਵਿਜਨ ਕੀ ਸੀ ਇਹਨਾਂ ਦਾ ਇਹ ਲਿਖਿਆ ਹੋਇਆ ਜੀ ਇਹਦੇ ਵਿੱਚ ਇਸ ਤਰੀਕੇ ਨਾਲ ਜਿਵੇਂ ਬਣਿਆ ਇਹਦੀ ਉੱਪਰੋਂ ਫੋਟੋ ਲੈਂਦੀਆਂ ਨੇ ਤੇ ਆ ਇਹਦਾ ਸਟਰਕਚਰ ਸਾਰਾ ਜੀ ਪਹਿਲਾਂ ਕਿਵੇਂ ਸੋਚਿਆ ਵੀ ਕਹੇ ਜਾਂ ਦਿਖਾਉਣੀ ਹੈ ਬਿਲਡਿੰਗ ਮਤਲਬ ਹਰ ਇੱਕ ਚੀਜ਼ ਇਹਨਾਂ ਨੇ ਸੋਚ ਕੇ ਜਿਵੇਂ ਚੱਲੀ ਹੈ ਤੇ ਉਹ ਇਹਨਾਂ ਨੇ ਇੱਥੇ ਪ੍ਰੈਜੈਂਟ ਕੀਤਾ ਹੋਇਆ ਆ ਇਹਦਾ ਕੰਮ ਚੱਲਦਾ ਸੀ ਉਹਦੇ ਤਰੀਕੇ ਨਾਲ ਦਿਖਾਇਆ ਹੋਇਆ ਜੀ ਇਹ ਆ ਬਰਜ ਖਲੀਫਾ ਦੁਬਈ ਦਾ ਆ ਇੱਕ ਇੱਕ ਚੀਜ਼ ਤੇ ਇੱਧਰ ਤੁਹਾਨੂੰ ਦਿਖਾਉਣੇ ਜਿਹੜੇ ਇੰਜੀਨੀਅਰ ਇਹਦੇ ਵਿੱਚ ਆਪਣੇ ਤਿੰਨ ਭਾਰਤੀ ਸੀਗੇ ਜੀ ਤਿੰਨ ਭਾਰਤੀ ਨੇ ਇਹਦੇ ਵਿੱਚ ਜਿਹੜੇ ਮੇਨ ਫੋਟੋ ਲੱਗੀ ਨੇ ਚ ਤਿੰਨ ਭਾਰਤੀ ਨੇ ਤੇ ਆ ਸਾਰਿਆਂ ਨੇ ਇਹ ਉਹ ਕੀਤਾ ਸਨਮਾਨ ਕੀਤਾ ਹੋਇਆ ਜਿਹੜੇ ਜਿਹੜੇ ਦੇਸ਼ਾਂ ਦੇ ਲੋਕ ਆ ਦੇਖੋ ਕਿਹੜੇ ਕਿਹੜੇ ਟਾਈਮ ਤੇ ਕਿਹੜੇ ਕਿਹੜਾ ਪ੍ਰੋਸੈਸ ਹੋਇਆ ਉਹ ਲਿਖੇ ਹੋਏ ਨੇ ਸਾਰੇ ਜੀ ਜਦੋਂ ਆਪਾਂ ਗਰਾਊਂਡ ਲੈਵਲ ਤੇ ਦੁਬਾਰੇ ਆ ਜਨਾਂ ਨਾ ਉੱਤੇ ਸਾਰਾ ਦਿੱਤਾ ਹੋਇਆ ਵੀ ਇੰਨੇ ਇੰਨੇ ਸਾਲ ਚ ਇੱਥੇ ਬਣ ਗਿਆ ਇੰਨੇ ਸਾਲ ਚ ਇੰਨੇ ਦਾ ਬਣ ਗਿਆ ਸੀਗਾ ਵੀ ਇਹੋ ਜਿਹਾ ਸ਼ੋਅ ਹੁੰਦਾ ਸੀਗਾ ਨਾਲ ਨਾਲ ਇਹਦੇ ਕੰਪਿਊਟਰ ਤੇ ਕਾਪੀਆਂ ਤੇ ਜਿਵੇਂ ਵੀ ਮਿਸਤਰੀ ਆਪਣਾ ਕਹਿੰਦੇ ਕਰੇ ਕਰਦਾ ਹੁੰਦਾ ਵੀ ਆਹ ਡਿਜ਼ਾਈਨ ਆਇ ਲੱਗੂਗਾ ਉਸ ਤਰੀਕੇ ਨਾਲ ਬਣਾਇਆ ਹੋਇਆ ਜੀ ਤੇ ਦੇਖੋ ਬਈ 828 ਮੀਟਰ ਤੇ ਸਾਰਾ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਤੇ ਜਦੋਂ ਵੀ ਜਾਓ ਬਈ ਆਨਲਾਈਨ ਇਹਦੀ ਟਿਕਟ ਤੁਸੀਂ ਕਿਤੋਂ ਵੀ ਬੁੱਕ ਕਰ ਸਕਦੇ ਹੋ ਤੇ ਜਰੂਰ ਜਾ ਕੇ ਆਇਓ ਤੇ ਦबई ਦਾ ਬੁਰਜ ਖਲੀਫਾ ਜਰੂਰ ਦੇਖਣ ਲਈ ਚੀਜ਼ਾਂ ਤੇ ਦੇਖ ਕੇ ਆਇਓ ਠੀਕ ਆ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਦੋਸਤੋ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਦੇ ਨਾਲ ਆਹ ਲਾਈਟਿੰਗ ਚੱਲਦੀ ਜੀ ਸ਼ਾਮ ਨੂੰ ਤੁਸੀਂ ਦੇਖ ਸਕਦੇ ਹੋ ਸਾਰੇ ਦੋਸਤ ਮਿੱਤਰ ਬਹੁਤ ਸੋਹਣਾ ਦ੍ਰਿਸ਼ ਹੈ ਜੀ ਬਹੁਤ ਸੋਹਣਾ